ਪੰਜਾਬ ਦੇ ਦੋਨੇ ਬਾਰਡਰਾਂ ਦੇ ਉੱਪਰ ਕਿਸਾਨ ਵੱਡੀ ਗਿਣਤੀ 'ਚ ਮੌਜੂਦ ਨੇ, ਪਰ ਕੱਲ੍ਹ ਨੂੰ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਦਿੱਲੀ ਵੱਲ ਨੂੰ ਕੂਚ ਕਰਨਗੇ ਕਿਸਾਨ। ਤਾਂ ਹੁਣ ਜਿਹੜੀਆਂ ਟਰੈਕਟਰ ਟਰਾਲੀਆਂ ਬਾਰਡਰ ਦੇ ਉੱਪਰ ਲੱਗੀਆਂ ਹੋਈਆਂ ਨੇ, ਉੱਥੇ ਜਾਇਜ਼ਾ ਲਿੱਤਾ ਜਾ ਰਿਹਾ ਕਿਸਾਨ ਨੇਤਾਵਾਂ ਵੱਲੋਂ। ਸਾਡੇ ਨਾਲ ਕਾਕਾ ਸਿੰਘ ਕੋਡਾ ਨੇ, ਜੋ ਸੀਨੀਅਰ ਨੇਤਾ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ। ਪ੍ਰਧਾਨ ਜੀ, ਕਿਵੇਂ ਦੇਖਦੇ ਹੋ ਕੱਲ੍ਹ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ, ਜਿਹੜੀ ਪ੍ਰਸਤਾਵ ਤੀ ਉਹ ਠੁਕਰਾ ਦਿੱਤਾ ਗਿਆ, ਹੁਣ ਕੱਲ੍ਹ ਲਈ ਤਿਆਰੀਆਂ ਕਿਵੇਂ? ਠੁਕਰਾ ਅਸੀਂ ਜਿਹੜਾ ਰੱਦ ਕੀਤਾ ਨਾ, ਉਹ ਬਹੁਤ ਸੋਚ ਸਮਝ ਕੇ ਜਿਹੜਾ ਮੰਤਰੀ ਮੰਡਲ ਵੱਲੋਂ PC ਕਰਕੇ ਦੱਸਿਆ ਗਿਆ ਉਹ ਬਹੁਤ ਖਤਰਨਾਕ ਸੀ। ਅਸੀਂ ਬੈਠੇ ਹਾਂ ਇੱਥੇ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਵਾਸਤੇ, ਗਰੰਟੀ ਦਾ ਕਾਨੂੰਨ ਲੈਣ ਵਾਸਤੇ, ਕਰਜ਼ੇ ਤੋਂ ਮੁਕਤ ਕਰਾਉਣ ਵਾਸਤੇ। ਉਹ ਸਾਡੀਆਂ ਜਿਹੜੀਆਂ ਪਹਿਲਾਂ ਫਸਲਾਂ 'ਤੇ MSP ਮਿਲਦੀ ਹੈ ਉਹਦੇ ਵਿੱਚੋਂ ਛਾਂਟ ਕੇ, ਜਾਣੇ 5 ਫਸਲਾਂ ਵੀ ਅਸੀਂ ਇਹਦੇ ਵਿੱਚ ਸ਼ਾਮਲ ਕਰ ਰਹੇ ਹਾਂ। ਸ਼ਾਮਲ ਕਿਹੜੀਆਂ ਕਰ ਰਹੇ ਨੇ? ਜਿਵੇਂ ਮੰਨ ਲਓ ਜਿਹੜਾ ਕਿਸਾਨ ਨਰਮਾ ਬੀਜਦਾ, ਉਹ ਨਰਮਾ ਛੱਡ ਕੇ ਜਦੋਂ ਉੱਥੇ ਕੋਈ ਹੋਰ ਫਸਲ ਬੀਜੂਗਾ, ਉਹ 5 ਚੋਂ ਚਾਹੇ ਇੱਥੇ ਮੰਨ ਲਓ ਮੱਕੀ ਬੀਜਦਾ, ਉਹਨੂੰ ਮਿਲੂਗੀ, ਜਾਣੇ ਉਹਦੀ ਨਰਮੇ ਵਾਲੀ MSP ਕੱਟੀ ਜਾਊਗੀ। ਜਿਹੜਾ ਝੋਨਾ ਬੀਜਦਾ ਕਿਸਾਨ, ਸਾਡਾ ਝੋਨੇ 'ਤੇ ਪਹਿਲੇ MSP ਮਿਲਦੀ ਹੈ, ਝੋਨਾ ਛੱਡ ਕੇ ਜਿਹੜਾ ਉੱਥੇ ਕੋਈ ਮੱਕੀ ਬੀਜੂਗਾ ਉਹਨੂੰ ਮਿਲੂਗੀ, ਜਾਂ ਜਿਹੜੀ ਕਣਕ ਛੱਡ ਕੇ ਉੱਥੇ ਕੋਈ ਹੋਰ ਫਸਲ ਮਿਲਦਾ ਉਹਨੂੰ ਮਿਲੂ। ਉਹ ਜਿਹੜੀ ਅਸੀਂ ਉਹਦੀ ਪੜਚੋਲ ਕਰਕੇ ਵਕੀਲਾਂ ਨਾਲ ਬੈਠ ਕੇ ਜਿਹੜੀ ਉਹਦੀ ਪ੍ਰਪੋਜ਼ਲ ਆਈ ਸੀ ਸਾਡੇ ਕੋਲ, ਉਹਦੀ ਅਸੀਂ ਤਾਂ ਰੱਦ ਕੀਤੀ ਹੈ। ਕਈ ਵਾਰੀ ਮੀਡੀਆ ਚੱਲ ਰਿਹਾ ਵੀ ਕਿਸਾਨ ਆਗੂਆਂ ਨੇ ਮੰਗਾਂ ਠੁਕਰਾਈਆਂ, ਮੰਗਾਂ ਨਹੀਂ ਠੁਕਰਾਈਆਂ, ਮੰਗਾਂ ਤਾਂ ਰੱਖੀਆਂ ਹੋਈਆਂ ਨੇ। ਉਹਦੇ ਉੱਤੇ ਦੁਬਾਰਾ ਕੀ ਆਉਂਦਾ ਸਰਕਾਰ ਦਾ ਪ੍ਰਤੀਕਰਨ, ਉਹ ਵੇਖਾਂਗੇ ਹੱਥਨ ਤੱਕ। ਠੀਕ ਹੈ, ਸਾਡੀਆਂ ਇਹਦੇ ਵਿੱਚ ਉਹ ਸੀ, ਅਸੀਂ ਤਾਂ ਚਾਹੁੰਦੇ ਹਾਂ 23 ਫਸਲਾਂ 'ਤੇ ਸਰਕਾਰ ਲੌਸ ਕਰਦੀ ਹੈ, MSP 23 ਫਸਲਾਂ 'ਤੇ ਮਿਲਦੀ ਹੈ ਪਹਿਲਾਂ ਹੀ, ਅਸੀਂ 23 ਫਸਲਾਂ ਦੀ ਗਰੰਟੀ ਚਾਹੁੰਦੇ ਹਾਂ। ਕਹਿ ਰਹੇ ਹੋ ਕਿ ਜ਼ਿਆਦਾਤਰ ਜਿਹੜੀਆਂ ਭਾਵੇਂ ਕਣਕ ਝੋਨਾ ਉਸੇ ਦੇ ਉੱਪਰ ਹੀ ਸੀਮਤ, ਜਿਹੜੀ MSP ਮਿਲਦੀ ਹੈ, ਬਾਕੀ MSP ਤਾਂ ਹੈ ਪਰ ਉਸ ਰੇਟ ਤੱਕ ਨਹੀਂ, ਗਰੰਟੀ ਨਹੀਂ। ਜਿੰਨਾ ਚਿਰ ਮੰਡੀਕਰਨ ਬੋਰਡ ਬਣਦਾ ਨਹੀਂ, ਉਹਨੂੰ ਖਰੀਦਣ ਵਾਲਾ ਨਹੀਂ ਬਣਦਾ ਕੋਈ, ਲੌਸ ਕਰ ਦੇਣ, ਮੰਨ ਲਓ ਕਮਾ ਤੇ ਕਰ ਦੇਣ, ਪਰ ਉਹਨੂੰ ਲਾਉਣ ਵਾਲਾ ਮਿਲਣਾ ਚਾਹੀਦੀਆਂ ਨਾ, ਭਾਵੇਂ ਪ੍ਰਾਈਵੇਟ ਖਰੀਦੇ ਕੋਈ, ਪਰ ਉਸ ਰੇਟ ਤੋਂ ਘੱਟ ਨਾ ਖਰੀਦੇ। ਸਾਡਾ ਇਹ ਹਾਂ 23 ਫਸਲਾਂ ਉਹਨੂੰ ਖਰੀਦ, ਜਿਹੜੀ ਘੱਟ ਤੋਂ ਘੱਟ ਜਿਹੜਾ ਉਹਨਾਂ ਨੇ ਭਾਅ ਐਲਾਨ ਕਰਤਾ ਉਹ 'ਤੇ ਖਰੀਦੀ, ਸਰਕਾਰ ਦੀ ਗਰੰਟੀ ਹੋਵੇ, ਅਸੀਂ ਗਰੰਟੀ ਚਾਹੁੰਦੇ ਹਾਂ ਕਿ ਇੱਦੂ ਘੱਟ ਭਾਅ 'ਤੇ ਵਿਕੂ, ਜਿਹੜਾ ਵਪਾਰੀ ਖਰੀਦੂਗਾ ਉਹ 'ਤੇ ਕਾਰਵਾਈ ਕਰਾਂਗੇ। ਇਹ ਸਾਡੀ ਮੰਗ ਹੈ, ਇਹ ਪੂਰੀ ਮੰਗ ਚਲੀ ਗਈ ਦੁਨੀਆਂ 'ਚ ਚਲੀ ਗਈ ਕਿ 23 ਫਸਲਾਂ 'ਤੇ ਕਿਸਾਨ ਗਰੰਟੀ ਚਾਹੁੰਦੇ ਨੇ। ਇਹ ਤਾਂ ਹੁਣ ਹੋਇਆ, ਹੁਣ ਕੱਲ੍ਹ ਹੀ ਉੱਥੋਂ ਜਿਹੜਾ ਐਲਾਨ ਹੋਇਆ ਕਿ ਕੱਲ੍ਹ ਨੂੰ 11-12 ਵਜੇ ਅਸੀਂ ਫਿਰ ਕੂਚ ਕਰਾਂਗੇ, ਦਿੱਲੀ ਵੱਲ ਜਾਵਾਂਗੇ, ਹੁਣ ਉਸ ਨੂੰ ਲੈ ਕੇ ਤਿਆਰੀਆਂ ਕਿਵੇਂ ਨੇ? ਕੀ ਹਜੇ ਕੋਈ ਆਦੇਸ਼ ਆਊਗਾ ਜਾਂ ਮਤਲਬ ਕਿ ਕਲੀਅਰ ਹੈ, ਜਾਂ ਜਿਹੜਾ ਕਹਿ ਸਕਦੇ ਹਾਂ ਕਿ ਭਾਵੇਂ ਕਿ ਮੀਟਿੰਗ ਤਾਂ ਕੇਂਦਰ ਨਾਲ ਹਜੇ ਅੱਗੇ ਕੋਈ ਨਹੀਂ ਹੈਗੀ, ਵੀ ਜਿਸ ਤੋਂ ਪਹਿਲਾਂ ਕੋਈ ਮੈਸੇਜ ਆ ਜਾਂਦਾ ਤਾਂ ਫਿਰ ਇਹ ਟਾਲਿਆ ਵੀ ਜਾ ਸਕਦਾ? ਵੇਖੋ, ਮੀਟਿੰਗ 'ਤੇ ਅਸੀਂ ਜਿੱਦੇ ਦੋਨੇ ਫੋਰਮ ਇਕੱਠੇ ਹੋਏ ਸੀ, ਬੜੀ ਅਸੀਂ ਡਿਸਕਸ ਕਰਕੇ ਵੱਖ ਵੱਖ ਜਥੇਬੰਦੀਆਂ, ਸਾਡੇ ਵਿੱਚ ਇਕੱਲੇ ਦੀ ਤਾਂ ਕੋਈ ਫੈਸਲਾ ਕਰਨ ਦੀ ਵੀ ਪਹੁੰਚ ਨਹੀਂ, ਜੋ ਦੋ ਫੋਰਮਾਂ ਤੈਅ ਕਰਨਗੇ ਉਹੀ ਐਲਾਨ ਕਰਦੇ ਹਾਂ। ਜਿੱਦੇ ਦੋ ਫੋਰਮਾਂ ਦੀ ਸਹਿਮਤੀ ਬਣੀ ਸੀ ਵੀ ਆਹ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਇਹ ਦੋਨਾਂ ਫੋਰਮਾਂ 'ਚ ਤੈਅ ਹੋ ਗਿਆ ਸੀ ਕਿ ਗੱਲਬਾਤ ਸਰਕਾਰ ਦੀ ਮਰਦੇ ਦਮ ਤੱਕ ਤੋੜਾਂਗੇ ਨਹੀਂ, ਇਹ ਮੈਸੇਜ ਨਹੀਂ ਦੇਵਾਂਗੇ ਵੀ ਕਿਸਾਨ ਆਗੂ ਮੀਟਿੰਗ ਤੋਂ ਭੱਜ ਗਏ। ਜੇ ਅਸੀਂ ਮੰਨ ਲਓ ਮੀਟਿੰਗ ਦਾ ਜਵਾਬ ਦਿੱਤਾ ਤਾਂ ਸਰਕਾਰ ਕੋਲ ਆਟੋਮੈਟਿਕ ਸਵਾਲ ਹੈ ਕਿ ਇਹਨਾਂ ਕੋਲ ਦਲੀਲ ਨਹੀਂ, ਕਿਸਾਨ ਆਗੂ ਹਾਰ ਗਏ, ਇਹ ਤਾਂ ਰੋਡਾਂ 'ਤੇ ਬੈਠਣ ਹੀ ਜਾਣਦੇ ਨੇ, ਇਹਨਾਂ ਕੋਲ ਦਲੀਲ ਨਹੀਂ। ਅਸੀਂ ਉਹ ਦਲੀਲ ਦੇ ਨਾਲ, ਅੰਕੜਿਆਂ ਦੇ ਨਾਲ ਉਹਨਾਂ ਦੀ ਪ੍ਰਪੋਜ਼ਲ ਕੱਲ੍ਹ ਰੱਦ ਕੀਤੀ ਆ ਕਿ ਇਹਦੇ ਨਾਲ ਇੰਨਾ ਇੰਨਾ ਨੁਕਸਾਨ ਹੁੰਦਾ, ਇਹਦੇ ਨਾਲ ਇੰਨੇ ਕਰੋੜਾਂ ਰੁਪਈਆਂ ਦਾ ਨੁਕਸਾਨ ਫਾਇਦਾ ਹੁੰਦਾ, ਉਹ ਸਾਰੀ ਅਸੀਂ ਤਾਂ ਡਿਟੇਲ ਨਾਲ ਕੀਤੀ ਆ। ਸਾਡੇ ਨਾਲ ਬਹਿ ਜਾਣ ਉਸ 'ਤੇ ਵੀ ਤੁਸੀਂ ਰੱਦ ਕਿਉਂ ਕੀਤੀ ਆ, ਹਰੇਕ ਗੱਲਬਾਤ ਲਈ ਨਹੀਂ ਭੱਜਾਂਗੇ, ਗੱਲਬਾਤ ਦਾ ਹੁਣ ਵੀ ਮੈਸੇਜ ਆ ਜੇ ਫਿਰ ਵੀ ਕਰਾਂਗੇ। ਜਦੋਂ ਮੋਰਚੇ 'ਤੇ ਬੈਠੇ ਹੁੰਦੇ ਆ ਨਾ, ਪੜਾਅ ਪਰ ਪੜਾਅ ਐਲਾਨ ਕਰਨੇ ਪੈਂਦੇ ਆ, ਪੜਾਅ ਪਰ ਪੜਾਅ ਅਸੀਂ ਐਲਾਨ ਕੀਤੇ ਨੇ।
ਸਾਡੇ ਇਸ ਦੋਨੇ ਮੋਰਚਿਆਂ ਦੀ ਜਿਹੜੀ ਮੇਨ ਸਾਡੀ ਲੀਡਰਸ਼ਿਪ ਆ, ਜਾਣੇ ਜੇ ਦੋਨੇ ਫੋਰਮਾਂ ਦੇ ਲੀਡਰ ਕਹਿਣਾ ਹੋਵੇ, ਸ਼ੰਭੂ 'ਤੇ ਆ। ਜੋ ਸ਼ੰਭੂ 'ਤੇ ਸਾਨੂੰ ਕਹਿਣਗੇ ਉਹਦੀ ਪਾਲਣਾ ਕਰਾਂਗੇ। ਇਵੇਂ ਜ਼ਿਕਰ ਦਿੱਲੀ ਦੇ ਵਿੱਚ 13 ਮਹੀਨੇ ਬੈਠਦੇ ਰਹੇ ਹਾਂ, 4 ਮੋਰਚੇ ਚੱਲਦੇ ਸੀ ਉੱਤੇ। ਜੋ ਮੀਟਿੰਗ ਸ਼ੰਭੂ ਬਾਰਡਰ 'ਤੇ ਹੁੰਦੀ ਸੀ ਉਹੀ ਸਾਰੇ ਮੰਨੀ ਜਾਂਦੀ ਸੀ। ਆਹ ਅਸੀਂ ਜੋ ਉੱਧਰੋਂ ਕਹਿਣਗੇ ਵੀ ਭਾਈ ਵਧਣਾ ਨਹੀਂ ਵਧਣਾ, ਬੈਠਣਾ ਮੀਟਿੰਗ ਆਉਂਦੀ ਹੈ, ਜੋ ਕਹਿਣਗੇ, ਕਿਉਂਕਿ ਦੋਨੇ ਫੋਰਮਾਂ ਦੇ ਲੀਡਰ ਉੱਥੇ ਬੈਠੇ, ਡੱਲੇਵਾਲ ਸਾਹਿਬ ਉੱਥੇ ਬੈਠੇ ਨੇ, ਭੰਦੇਰ ਸਾਹਿਬ ਉੱਥੇ ਬੈਠੇ ਨੇ, ਜਾਂ ਜਿਹੜੀਆਂ ਹੁਣ ਸਾਨੂੰ ਦੂਜੀਆਂ ਜਸੇਬੰਦੀਆਂ ਜਿਹੜੀਆਂ ਬਾਹਰ ਰਹਿ ਗਈਆਂ ਸੀ ਉਹਨਾਂ ਨੂੰ ਸਮਰਥਨ ਦੀਆਂ ਸਾਨੂੰ ਚਿੱਠੀਆਂ ਮਿਲ ਰਹੀਆਂ। ਜਿਵੇਂ ਅੱਜ ਹੀ ਤੁਹਾਡੇ 2-3 ਸਾਨੂੰ ਸੰਗਠਨ ਦੇ ਕੇ ਗਏ ਨੇ ਵੀ ਅਸੀਂ ਤੁਹਾਡੇ ਵਿੱਚ ਸ਼ਾਮਿਲ ਹਾਂ, ਅਸੀਂ ਇਸ ਮੋਰਚੇ ਦੀ ਹਮਾਇਤ ਕਰਦੇ ਹਾਂ। ਪਰ ਮੈਂ ਕਹਿੰਦਾ ਵੀ ਹਮਾਇਤ ਦੀ ਨਹੀਂ ਲੋੜ, ਸਾਰੇ ਦੇਸ਼ ਦੇ ਕਿਸਾਨਾਂ ਦੀ ਉਹ ਹੈ, ਅਗਵਾਈ ਕੌਣ ਕਰਦਾ ਨਹੀਂ ਕਰਦਾ ਇਹ ਸਵਾਲ ਵੱਖਰਾ ਹੈ, ਪਰ ਮਸਲਾ ਤਾਂ ਸਾਡੇ ਕਿਸਾਨਾਂ ਦਾ ਹੈ। ਕਿਸਾਨਾਂ ਦੇ ਨਾਂ 'ਤੇ ਕਿਸਾਨ ਯੂਨੀਅਨਾਂ ਬਣਾਈਆਂ, ਅੱਜ ਉਹਨਾਂ ਨੂੰ ਵੇਲਾ ਹੈ ਮੌਕਾ ਸੜਕ 'ਤੇ ਆਉਣ ਦਾ। ਜੇ ਅੱਜ ਅਸੀਂ ਆਹ ਕਿਸਾਨ 2 ਬਾਰਡਰ ਰੋਕੀ ਬੈਠੇ ਹਾਂ, ਯਾਰ ਜਿਹੜੀਆਂ ਬਾਕੀ ਯੂਨੀਅਨਾਂ ਰਹਿੰਦੀਆਂ ਉਹ ਦੂਜਾ, ਜੇ ਕੋਈ ਛੋਟੀ ਯੂਨੀਅਨ ਹੈ ਮੈਂ ਤਾਂ ਇੱਥੋਂ 'ਤੇ ਕਹਿਣਾ ਉਹ ਕੱਚਾ ਰਾਹ ਰੋਕ ਲਏ। ਉਹ ਐਂ ਕਹਿ ਦੇ ਲੋਕਾਂ ਨੂੰ ਵੀ ਫੌਜ ਇੱਧਰ ਦੀ ਵੜਦੀ, ਅਸੀਂ ਫੌਜ ਰੋਕੀ ਹੈ, ਬੈਠੇ ਤਾਂ ਘਰੇ ਰਜਾਈਆਂ 'ਚ ਬੈਠਾ, ਨੁਕਤਾਚੀਨੀ ਨਾ ਕਰੇ, ਸੜਕਾਂ 'ਤੇ ਆਉਣ। ਬਹੁ ਗਿਣਤੀ ਸਾਡੀ ਅਜੇ ਕਿਸਾਨਾਂ ਦੀ, ਜਾਂ ਸਿਆਸੀ ਲੋਕਾਂ ਨੇ ਰੋਕੀ ਹੋਈ ਹੈ, ਜਾਂ ਜਿਹੜੇ ਸਿਆਸੀ ਪਾਰਟੀਆਂ ਦੇ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਚੱਲਦੀਆਂ ਉਹਨਾਂ ਨੇ ਲੋਕ ਰੋਕੇ ਹੋਏ ਆ, ਪਰ ਮਸਲਾ ਜ਼ਮੀਨ ਸਾਰਿਆਂ ਦੀ ਜਾਣੀ ਹੈ। ਜੇ ਕੋਈ ਸਿਆਸੀ ਤੌਰ 'ਤੇ ਹਜੇ ਖੜ੍ਹਾ ਹੈ ਕਿ ਸਾਡੇ ਸੰਗਠਨ ਦਾ ਸੱਦਾ ਨਹੀਂ, ਇਹ ਸਾਡਾ ਮਸਲਾ ਨਹੀਂ, ਪਰ ਇਹ ਮਸਲਾ ਜ਼ਮੀਨ ਦਾ, ਜ਼ਮੀਨ ਨਹੀਂ ਕਿਸੇ ਨੇ ਰੋਕਣੀ। ਜਿੰਨੇ ਵੀ ਮਸਲੇ ਹੈ, ਕੋਈ ਸਿਆਸੀ ਪਾਰਟੀ ਕਿਸੇ ਕਿਸਾਨ ਦੀ ਕੁਰਕੀ ਰੋਕ ਕੇ ਦਿਖਾਵੇ, ਉਹ ਕਹਿਣਗੇ ਜੀ ਇਹ ਤਾਂ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਹੈ, ਅਤੇ ਵੋਟਾਂ ਅਸੀਂ ਉਹਨਾਂ ਨੂੰ ਪਾਈ ਜਾਂਦੇ। ਕਿਸਾਨ ਕੱਲ੍ਹ ਵਾਲਾ ਸਟੈਂਡ ਕਰਦਾ, ਫਿਲਹਾਲ ਹਜੇ ਤੱਕ ਕੋਈ ਮੈਸੇਜ ਨਹੀਂ ਆਇਆ, ਕੱਲ੍ਹ ਤੱਕ ਜਾਣ ਵਾਲਾ ਪ੍ਰੋਗਰਾਮ ਪੂਰਾ ਸਟੈਂਡ ਕਰਦਾ। ਪਰ ਜਿਵੇਂ ਵਿਉਂਤਬੰਦੀ ਸਾਨੂੰ ਦੱਸਣਗੇ ਕਿ ਵਧਣਾ ਕਿਵੇਂ ਕਰਨਾ ਕੀ ਉਸ ਕਰਨਾ, ਪੂਰਾ ਸਟੈਂਡ ਕਰਦਾ ਸਾਡਾ, ਕੋਈ ਪਿੱਛੇ ਹਟਣ ਦੇ ਪਿੱਲ। ਇਹ ਸਨ ਕਾਕਾ ਸਿੰਘ ਕੋਡਾ, ਜਿਹੜੇ ਕਿ ਇਸ ਸਮੇਂ ਆਪਣੇ ਕਿਸਾਨਾਂ ਨੂੰ ਮਿਲ ਰਹੇ ਨੇ, ਕਿਉਂਕਿ ਅਖਨੌਰੀ ਬਾਰਡਰ ਦੇ ਉੱਪਰ ਉਹਨਾਂ ਦੀ ਡਿਊਟੀ ਹੈ, ਕਿਉਂਕਿ ਜਿਹੜੇ ਦੂਸਰੇ ਨੇਤਾ ਨੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਸੰਭੂ ਬਾਰਡਰ ਦੇ ਉੱਪਰ ਨੇ। ਫਿਲਹਾਲ ਉਹ ਇਕੱਲੇ ਕਿਸਾਨ ਨੂੰ ਮਿਲ ਰਹੇ ਨੇ, ਕਿਉਂਕਿ ਹਰ ਪਿੰਡਾਂ ਦੀਆਂ ਇਕਾਈਆਂ ਤੋਂ ਕਿਸਾਨ ਇੱਥੇ ਜਿਹੜੇ ਆਏ ਹੋਏ ਨੇ। ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਸੰਭੂ ਅਖਨੌਰੀ ਬਾਰਡਰ ਦੀਆਂ ਨੇ, ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਬੈਠੇ ਨੇ। ਫਿਲਹਾਲ ਉਹ ਕਹਿ ਰਹੇ ਨੇ ਕਿ ਹਜੇ ਕੱਲ੍ਹ ਤੱਕ ਅੱਗੇ ਵਧਣ ਵਾਲਾ ਜਿਹੜਾ ਅੱਗੇ ਵਧਣ ਦਾ ਜਿਹੜਾ ਫੈਸਲਾ ਉਹ ਸਟੈਂਡ ਕਰਦਾ ਹੈਗਾ। ਅਗਰ ਕੋਈ ਫੈਸਲਾ ਨਹੀਂ ਆਉਂਦਾ, ਅਗਰ ਕੋਈ ਗੱਲਬਾਤ ਸਰਕਾਰ ਵੱਲੋਂ ਆਉਂਦੀ ਆ ਤਾਂ ਬਦਲਾਅ ਹੋ ਸਕਦਾ, ਲੇਕਿਨ ਫਿਲਹਾਲ ਕੱਲ੍ਹ ਨੂੰ 12 ਵਜੇ ਅੱਗੇ ਵਧਿਆ ਜਾ ਸਕਦਾ ਹੈਗਾ। ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਬੁੱਲਰ ਪੰਜਾਬ ਤੱਕ, ਖਨੌਰੀ ਬਾਰਡਰ, ਸੰਗਰੂਰ।